ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਬਰਗਾੜੀ ਬੇਅਦਬੀ ਤੇ ਬੈਬਲ ਕਲਾਂ ਗੋਲੀ ਕਾਂਡ ਮਾਮਲੇ ਦੇ ਵਿੱਚ ਸਰਕਾਰ ਦੀ ਕਾਰਗੁਜ਼ਾਰੀ ਤੇ ਇੱਕ ਵਾਰ ਫਿਰ ਸਵਾਲ ਖੜੇ ਕੀਤੇ ਨੇ। ਖਹਿਰਾ ਨੇ ਜਿੱਥੇ ਇੱਕ ਵਾਰ ਫਿਰ ਤੋਂ ਬੈਬਲ ਕਲਾਂ ਗੋਲੀ ਕਾਂਡ ਤੇ ਤਿਆਰ ਕੀਤੀ ਜਸਟਿਸ ਰਣਜੀਤ ਕਮਿਸ਼ਨ ਦੀ ਰਿਪੋਰਟ ਨੂੰ ਜਨਤਕ ਕਰਨ ਦੀ ਆਪਣੀ ਮੰਗ ਨੂੰ ਦੁਹਰਾਇਆ, ਉੱਥੇ ਹੀ ਉਨ੍ਹਾਂ ਇਹ ਵੀ ਇਲਜ਼ਾਮ ਲਾਇਆ ਕਿ ਕੈਪਟਨ ਸਰਕਾਰ ਬੈਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਦੇ ਲਈ ਅਕਾਲੀ ਦਲ ਦੇ ਦਰਸਾਏ ਰਾਹ ਤੇ ਤੁਰ ਰਹੀ ਹੈ। ਕਮਿਸ਼ਨ ਬਣਾਇਆ ਸੀ ਬਰਗਾੜੀ ਦਾ ਜਸਟਿਸ ਰਣਜੀਤ ਸਿੰਘ ਕਮਿਸ਼ਨ, ਉਹਨਾਂ ਨੂੰ ਆਲਮੋਸਟ ਆਪਣੀ ਰਿਪੋਰਟ ਦਿੱਤਿਆਂ ਨੂੰ ਇੱਕ ਮਹੀਨੇ ਤੋਂ ਜ਼ਿਆਦਾ ਸਮਾਂ ਹੋਣ ਲੱਗਿਆ ਵਾ। ਨਾ ਤਾਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਉਸ ਰਿਪੋਰਟ ਨੂੰ ਪਬਲਿਕ ਡੋਮੇਨ ਵਿੱਚ ਲੈ ਕੇ ਆਏ ਨੇ, ਨਾ ਉਸ ਦੇ ਉੱਤੇ ਕੋਈ ਜਿਹੜਾ ਐਕਸ਼ਨ ਟੇਕਨ ਹੋਣਾ ਚਾਹੀਦਾ ਸੀਗਾ ਔਨ ਦ ਰਿਪੋਰਟ, ਨਾ ਉਹ ਲਿਆ ਗਿਆ ਵਾ। ਔਰ ਜਿਹੜਾ ਉਹਦਾ ਦੂਸਰਾ ਭਾਗ ਆ ਬੈਬਲ ਕਲਾਂ ਗੋਲੀ ਕਾਂਡ ਵਿੱਚ, ਜਿੱਥੇ ਦੋ ਨਿਹੱਥੇ ਸਿੱਖ ਨੌਜਵਾਨ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਕੇ ਕਤਲ ਕੀਤੇ ਗਏ ਸੀਗੇ, ਨਾ ਉਹਨਾਂ ਰਿਕਮੈਂਡੇਸ਼ਨ ਦੇ ਉੱਤੇ ਕੋਈ ਐਕਸ਼ਨ ਲਿਆ ਗਿਆ, ਬਲਕਿ ਉਲਟਾ ਕੈਪਟਨ ਅਮਰਿੰਦਰ ਸਿੰਘ ਬਿਲਕੁਲ ਉਸ ਰਾਹ 'ਤੇ ਤੁਰੇ ਨੇ ਜਿਸ 'ਤੇ ਪਿਛਲੇ 10 ਵਰ੍ਹਿਆਂ ਦੀ ਅਕਾਲੀ ਦਲ ਦੀ ਸਰਕਾਰ ਨੇ ਜੋ ਪੁਲਿਸ ਅਫਸਰਾਂ ਨੂੰ ਦੋਸ਼ੀਆਂ ਨੂੰ ਬਚਾਉਂਦੀ ਰਹੀ ਆ ਔਰ ਹਰ ਕਿਸਮ ਦੇ ਮਾਫੀਆ ਨੂੰ ਸ਼ਹਿ ਦਿੰਦੀ ਰਹੀ ਆ, ਅੱਜ ਵੀ ਉਹੀ ਪਾਲਿਸੀ। ਕਿਉਂਕਿ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਪੁਲਿਸ ਦੀ ਡਿਸਪੈਂਸੇਸ਼ਨ ਹੈ ਉਹ ਉਧਾਰੀ ਲਈ ਆ ਅਕਾਲੀ ਦਲ ਤੋਂ, ਉਹੀ DGP ਨੇ, ਉਹੀ DGP ਇੰਟੈਲੀਜੈਂਸ ਉਹਨਾਂ ਦੇ ਜਿਹੜੇ ਐਡਵਾਈਜ਼ਰ ਸੀਗੇ, ਇਸ ਲਈ ਉਹਨਾਂ ਨੇ ਬੈਬਲ ਕਲਾਂ ਗੋਲੀ ਕਾਂਡ ਦੇ ਵਿੱਚ ਉਹਨਾਂ ਨੂੰ ਬਚਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਆ। ਬੈਬਲ ਕਲਾਂ ਗੋਲੀ ਕਾਂਡ ਅਤੇ 2017 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਏ ਮੌੜ ਮੰਡੀ ਬੰਬ ਧਮਾਕੇ ਤੇ ਬੋਲਦਿਆਂ ਖਹਿਰਾ ਨੇ ਕਿਹਾ ਕਿ ਸਰਕਾਰ ਦੋਸ਼ੀਆਂ ਨੂੰ ਇਸ ਲਈ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਕਮਿਸ਼ਨ ਵੱਲੋਂ ਕੀਤੀ ਜਾਂਚ ਦੀ ਸੂਈ ਸਿੱਧੀ ਡੇਰਾ ਸਿਰਸਾ ਵੱਲ ਜਾ ਰਹੀ ਹੈ। ਲਾਅ ਐਂਡ ਆਰਡਰ ਕੈਨੋਟ ਬੀ ਕੰਪਰੋਮਾਈਜ਼ਡ। ਜ਼ਾਤ ਪਾਤ ਧਰਮ ਡੇਰਾ ਆਲ ਸੈਕੰਡਰੀ। ਜਿਹੜੇ ਮੁਲਕਾਂ ਦੇ ਵਿੱਚ, ਸੂਬਿਆਂ ਦੇ ਵਿੱਚ ਲਾਅ ਐਂਡ ਆਰਡਰ ਠੀਕ ਨਹੀਂ ਹੋ, ਕਦੀ ਤਰੱਕੀ ਨਹੀਂ ਕਰ ਸਕਦੇ। ਤਾਂ ਹੀ ਉਹ ਪੰਜਾਬ ਦੇ ਵਿੱਚ ਕੋਈ ਇਨਵੈਸਟਮੈਂਟ ਨਹੀਂ ਕਰਦਾ, ਕਿਉਂਕਿ ਜੇ ਜਾਨ ਹੀ ਨਹੀਂ ਸੇਫ, ਮਾਲ ਨਹੀਂ ਸੇਫ, ਇਸ ਲਈ ਉਹ ਜਾਂਚ ਲੌਜੀਕਲ ਕੰਕਲੂਜਨ 'ਤੇ ਜਾਣੀ ਚਾਹੀਦੀ ਆ। ਕੋਈ ਹੋਵੇ, ਚਾਹੇ ਉਹ ਡੇਰੇ ਦੇ ਮੁਖੀਆ ਨੇ, ਚਾਹੇ ਕੋਈ ਡੇਰੇ ਦੇ 2IC ਨੇ, ਦੇ ਹੈਵ ਟੂ ਬੀ ਅਰੈਸਟਡ ਐਂਡ ਇਸ ਕਰਕੇ ਉਹ ਜਾਂਚ। ਔਰ ਦੂਜਾ ਮੈਂ ਰੋਬਿਨ ਜੀ ਐਡ ਕਰਦਾ, ਮੌੜ ਦੀ ਵੀ ਜਾਂਚ ਨਹੀਂ ਜਾ ਰਹੀ ਉੱਧਰ, ਮੌੜ ਦੀ ਜਾਂਚ ਵੀ ਸੋਰੀ ਰੋਕੀ ਜਾ ਰਹੀ ਕਿਉਂਕਿ ਉਹ ਵੀ ਉੱਧਰ ਹੀ ਜਾ ਰਹੀ ਹੈ। ਔਰ ਜਦੋਂ ਮੌਕਾ ਮਿਲਿਆ ਇਲੈਕਸ਼ਨਾਂ ਦੇ ਵਿੱਚ, ਆਮ ਆਦਮੀ ਪਾਰਟੀ ਨੇ ਕਰਤਾ, ਆਮ ਆਦਮੀ ਪਾਰਟੀ ਰੈਡੀਕਲਸ ਨਾਲ ਆ, ਮੌੜ ਬੰਬ ਬਲਾਸਟ ਦਾ ਸਾਰਾ ਠੀਕਰਾ ਸਾਡੇ ਸਿਰ ਵਿੱਚ ਭੰਨਿਆ ਗਿਆ ਸਿਰਫ ਅਰਬਨ ਵੋਟਰ ਨੂੰ ਡਰਾਉਣ ਵਾਸਤੇ। ਮੈਂ ਆਪਣੇ ਸਤਿਕਾਰਯੋਗ ਅਰਬਨ ਵੋਟਰ ਨੂੰ ਕਹਿੰਦਾ, ਆਹ ਦੇਖ ਲਓ ਇਹ ਰਾਜਨੀਤੀ ਕਰਦੇ ਨੇ ਲਾਸ਼ਾਂ ਦੇ ਉੱਤੇ, ਬੰਬਾਂ ਦੇ ਉੱਤੇ, ਬੱਚੇ ਮਰੇ ਨੇ 7 ਮੌੜ ਦੇ ਵਿੱਚ। ਕੌਣ ਰੋਕਦਾ ਅਮਰਿੰਦਰ ਸਿੰਘ ਜੀ ਨੂੰ 16 ਮਹੀਨਿਆਂ ਦੀ ਜਾਂਚ? ਮੌੜ ਦੇ ਬੰਦਿਆਂ ਨੂੰ ਕਿਉਂ ਨਹੀਂ ਫੜ ਗਿਆ ਕਿਤੇ ਦਿੰਦੇ ਜਿਹੜੇ ਅਸਲ ਗੁਨਾਹਗਾਰ ਨੇ? 9 ਫੜ ਲਏ ਨੇ ਤੁਸੀਂ, ਤੇ ਹੁਣ ਦੱਸੋ ਕਿ ਆਮ ਆਦਮੀ ਪਾਰਟੀ ਦਾ ਕੋਈ ਕਸੂਰ ਸੀਗਾ ਮੌੜ ਬੰਬ ਬਲਾਸਟ ਵਿੱਚ 2017 ਦੀਆਂ ਚੋਣਾਂ ਵਿੱਚ, ਜਿੱਥੇ 7 ਕੇ 8 ਬੱਚੇ ਮਰੇ ਨੇ? ਕੌਣ ਜਵਾਬ ਦੇਊਗਾ ਪੰਜਾਬ ਦੇ ਲੋਕਾਂ ਨੂੰ? ਇਸ ਲਈ ਉਹ ਵੀ ਜਾਂਚ, ਇਸ ਕਰਕੇ ਰੋਬਿਨ ਰੋਕਰੀ। ਸੁਖਪਾਲ ਖਹਿਰਾ ਨੇ ਐਲਾਨ ਕੀਤਾ ਕਿ ਉਹ ਭਲਕੇ ਆਪਣੀ ਨਵੀਂ ਬਣੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੇ ਨਾਲ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਨੂੰ ਮਿਲਣ ਜਾ ਰਹੇ ਨੇ। ਇਸ ਦੇ ਨਾਲ ਹੀ ਉਹਨਾਂ ਗਵਰਨਰ ਨੂੰ ਮਿਲ ਕੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣ ਦੀ ਆਪਣੀ ਮੰਗ ਨੂੰ ਦੁਹਰਾਇਆ।
ਮੁੱਦੇ ਤੇ ਖਬਰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ D5 ਚੈਨਲ ਪੰਜਾਬੀ। ਕਿਸੇ ਵੀ ਤਰ੍ਹਾਂ ਦੀ ਨਿਊਜ਼, ਇਸ਼ਤਿਹਾਰ, ਪ੍ਰਮੋਸ਼ਨ ਦੀ ਵੀਡੀਓ ਰਿਕਾਰਡਿੰਗ ਜਾਂ ਫਿਰ ਲਾਈਵ ਕਰਾਉਣ ਲਈ ਹੇਠ ਲਿਖੇ ਨੰਬਰ ਤੇ ਸੰਪਰਕ ਕਰੋ +91 8882 28545 +91 8144 13453।